ਜਿਹੜੀ ਲੜਾਈ ਅਸੀਂ ਵਿੱਢੀ ਸੀ ਸਾਡੀ ਹੋਂਦ ਦੀ ਲੜਾਈ ਉਹੀ ਸੰਘਰਸ਼ ਹਜੇ ਵੀ ਚੱਲ ਰਿਹਾ ਸੋ ਉਸ ਸੰਘਰਸ਼ 'ਚ ਸਾਨੂੰ ਇੱਕ ਗੱਲ ਜ਼ਰੂਰ ਵਾਚਣੀ ਚਾਹੀਦੀ ਆ ਵੀ ਸਾਡਾ ਮਕਸਦ ਸੀ ਸਰਕਾਰ ਨਾਲ ਲੜਨਾ ਗਵਰਨਮੈਂਟ ਨਾਲ ਲੜਨਾ ਤੇ ਜਿਹੜੀਆਂ ਨੀਤੀਆਂ ਆ ਜਿਹੜੇ ਨਵੇਂ ਕਾਨੂੰਨ ਬਣਾਏ ਆ ਉਹਨਾਂ ਨੂੰ ਰੱਦ ਕਰਾਉਣਾ ਉਸ ਸੰਘਰਸ਼ ਨੂੰ ਜਿੱਤਣਾ ਉਸੇ ਮਕਸਦ ਤੇ ਅਸੀਂ ਕਾਇਮ ਰਹੀਏ ਆਪਸ 'ਚ ਅਸੀਂ ਨਾ ਉਲਝੀਏ ਨਾ ਇੱਕ ਦੂਜੇ ਤੇ ਤੋਹਮਤਾਂ ਲਾਈਏ ਬੜਾ ਕੁਛ ਕਹਿ ਸੁਣ ਲਿਆ ਹੁਣ ਮੈਨੂੰ ਲੱਗਦਾ ਸਾਨੂੰ ਇੱਕ ਵਾਰੀ ਫੇਰ ਇਕੱਠੇ ਹੋ ਜਾਣਾ ਚਾਹੀਦਾ ਪਰ ਮਾਣ ਆ ਮੈਨੂੰ ਸਾਡੀ ਕੌਮ ਤੇ ਵੀ ਅਸੀਂ ਉਹਨਾਂ ਪਿਰਤਾਂ ਨੂੰ ਉਹਨਾਂ ਰਵਾਇਤਾਂ ਨੂੰ ਤੇ ਸਾਡੀ ਸੇਵਾ ਭਾਵਨਾਵਾਂ ਨੂੰ ਹਜੇ ਤੱਕ ਨਹੀਂ ਛੱਡਿਆ ਕਿਉਂ ਇਹ ਕਿਸੇ ਖਲਾਅ 'ਚੋਂ ਪ੍ਰਗਟ ਨਹੀਂ ਹੋਈ ਗੱਲ ਇਹ ਗੱਲ ਉਹਨਾਂ ਗੁਰੂਆਂ ਦੀ ਉਹਨਾਂ ਰਹਿਬਰਾਂ ਦੀ ਕਮਾਈਆਂ ਕੀਤੀਆਂ ਹੋਈਆਂ ਉਸ ਕਮਾਈ ਸਦਕਾ ਹੀ ਜੋ ਸਾਡੇ ਅੰਦਰ ਉਹਨਾਂ ਨੇ ਚਿੰਗਾਂ ਲਾਈਆਂ ਜੋ ਪਿਰਤਾਂ ਉਹ ਪਾ ਗਏ ਅੱਜ ਤੱਕ ਕਾਇਮ ਆ ਜਿਸ ਤਰ੍ਹਾਂ ਇਹ ਸੰਘਰਸ਼ ਨੂੰ ਵਿੱਢਿਆ ਸੀ ਫਿਰ ਇਸ ਸੰਘਰਸ਼ ਨੂੰ ਅਸੀਂ ਦਿੱਲੀ ਤੱਕ ਪਹੁੰਚਾਇਆ ਸੀ ਫਿਰ ਨੈਸ਼ਨਲੀ ਪਹੁੰਚਾਇਆ ਫਿਰ ਇੰਟਰਨੈਸ਼ਨਲੀ ਪਹੁੰਚਾਇਆ ਕਿਤੇ ਨਾ ਕਿਤੇ ਅਸੀਂ ਵੀ ਕੁਛ ਗਲਤੀਆਂ ਕਰ ਗਏ ਹੋਵਾਂਗੇ ਸਾਡੀ ਲੀਡਰਸ਼ਿਪ ਨੂੰ ਚਾਹੀਦਾ ਉਹਨਾਂ ਗਲਤੀਆਂ ਨੂੰ ਵੀ ਐਕਸੈਪਟ ਕਰਨ ਉਹਨਾਂ ਗਲਤੀਆਂ ਨੂੰ ਐਕਸੈਪਟ ਕਰਕੇ ਹਜੇ ਵੀ ਅਸੀਂ ਇੱਕ ਦੂਜੇ ਨੂੰ ਸਪੇਸ ਦਈਏ ਇੱਕ ਦੂਜੇ ਨੂੰ ਸਪੇਸ ਦੇ ਕੇ ਇਕੱਠੇ ਲੜਨ ਦੀ ਜਾਂਚ ਆ ਜਿਹੜੀ ਸਾਨੂੰ ਉਹ ਆਉਣੀ ਚਾਹੀਦੀ ਆ ਏਕਾ ਰੱਖ ਕੇ ਲੜਨ ਦੀ ਜਾਂਚ ਸਾਨੂੰ ਆਉਣੀ ਚਾਹੀਦੀ ਆ ਲੋਕਾਂ ਨੇ ਕਦੇ ਪਿੱਠ ਨਹੀਂ ਦਿਖਾਈ ਪਰ ਲੀਡਰਸ਼ਿਪ ਹਮੇਸ਼ਾ ਪਿੱਠ ਦਿਖਾਉਂਦੀ ਰਹੀ ਇਹਦੇ ਬੜੇ ਕਾਰਨ ਹੋ ਸਕਦੇ ਆ ਸਟੇਟ ਅੱਜ ਦੀ ਬਹੁਤ ਪਾਵਰਫੁੱਲ ਹੋ ਗਈ ਆ ਜਾਂ ਉਹਨਾਂ ਦੀ ਅਬਿਲਿਟੀ ਜਿਹੜੀ ਇਹ ਬੜੀ ਵੱਧ ਗਈ ਆ ਵੀ ਲੀਡਰਸ਼ਿਪ ਨੂੰ ਕਰਪਟ ਕਰ ਸਕਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਸਮੇਂ ਬਾਅਦ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਰੂਬਰੂ ਵੀ ਇਸ ਕਰਕੇ ਹੋਣਾ ਬੜਾ ਜ਼ਰੂਰੀ ਆ ਸਭ ਤੋਂ ਪਹਿਲਾਂ ਉਹਨਾਂ ਸਾਰੀਆਂ ਰੂਹਾਂ ਦਾ ਸ਼ਖਸੀਅਤਾਂ ਦਾ ਸਾਡੀਆਂ ਭੈਣਾਂ ਦਾ ਮਾਵਾਂ ਦਾ ਸਾਡੇ ਭਰਾਵਾਂ ਦਾ ਮੈਂ ਦਿਲੋਂ ਮੈਂ ਰਿਣੀ ਹਾਂ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਜਿਹੜੇ ਸੱਚ ਦੇ ਨਾਲ ਖੜ੍ਹੇ ਅਤੇ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਓਵਰਵੈਲਮਿੰਗ ਜਿਹੜੀ ਇੱਕ ਫੀਲਿੰਗ ਆ ਇਹ ਜਿੰਨਾ ਤੁਸੀਂ ਪਿਆਰ ਦਿੱਤਾ ਜਿੰਨੇ ਨਾਲ ਖੜ੍ਹੇ ਅਰਦਾਸਾਂ ਕੀਤੀਆਂ ਅਤੇ ਇਹੀ ਅਰਦਾਸਾਂ ਕਢਾ ਲਿਆਈਆਂ ਨਹੀਂ ਤਾਂ ਹਜੇ ਲੱਗਦਾ ਸੀ ਵੀ ਹੋਰ ਟਾਈਮ ਲਾਉਣਾ ਪਊਗਾ ਜਿਸ ਤਰ੍ਹਾਂ ਈਵਨ ਗੁਰਦੁਆਰਾ ਦਿੱਲੀ ਗੁਰਦੁਆਰਾ ਕਮੇਟੀ ਉਹਨਾਂ ਦੀ ਟੀਮ ਸਾਡੇ ਆਪਦੇ ਬੰਦੇ ਆਪਣਾ ਖੋਸਾ ਬਾਈ ਅਭਿਸ਼ੇਕ ਮਨਦੀਪ ਹੋਰ ਬੰਦੇ ਜਿਹੜੇ ਸਾਰੇ ਨਾਲ ਖੜ੍ਹੇ ਵਰਦੀਆਂ 'ਚ ਖੜ੍ਹੇ ਵਰਦੀ ਅੱਗ 'ਚ ਨਾਲ ਖੜ੍ਹੇ ਲੀਗਲ ਹੈਲਪ ਚਾਹੇ ਹੋਵੇ ਚਾਹੇ ਜੋ ਕੋਈ ਐਡਵਰਸ ਸਿਚੁਏਸ਼ਨ ਸੀ ਉਹਨਾਂ ਨੂੰ ਫੇਸ ਕੀਤਾ ਤਾਂ ਉਹ ਬਾਕਮਾਲ ਸੀ ਜਦੋਂ ਜ਼ਮਾਨਤ ਮਿਲੀ ਆ ਪਹਿਲੀ ਜ਼ਮਾਨਤ ਮਿਲੀ ਤੁਸੀਂ ਉਹ ਆਰਡਰ ਪੜ੍ਹਿਓ ਆਉਣ ਵਾਲੇ ਸਮੇਂ ਤੱਕ ਐਗਜ਼ਾਮਪਲ ਦਿੱਤੇ ਜਾਣਗੇ ਉਸ ਆਰਡਰ ਦੇ ਜਿੱਥੇ ਆਪਾਂ ਇਹ ਕਿਹਾ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਦੇਗ ਤੇਗ ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਇਹ ਸਾਰੀਆਂ ਗੱਲਾਂ ਉਹਦੇ 'ਚ ਲਿਖੀਆਂ ਗਈਆਂ ਵੀ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਭੜਕਾਹਟ ਨਹੀਂ ਆ ਇਸ ਇਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਾਨੂੰ ਖੁੱਲ ਆ ਸਾਨੂੰ ਸਾਡੀ ਰਿਲੀਜੀਅਸ ਫਰੀਡਮ ਦੀ ਖੁੱਲ ਆ ਅਤੇ ਇਸੇ ਕੌਂਸਟੀਟਿਊਸ਼ਨ ਦੇ ਦਾਇਰੇ 'ਚ ਰਹਿ ਕੇ ਅਸੀਂ ਇਹ ਸਾਰੀਆਂ ਗੱਲਾਂ ਕਰ ਸਕਦੇ ਹਾਂ ਸੋ ਬੜੀ ਵੱਡੀ ਇੱਕ ਲੜਾਈ ਲੜੀ ਆ ਜਿਹੜੀ ਲੀਗਲ ਫਰੰਟ 'ਤੇ ਵੀ ਲੜੀ ਆਪਾਂ ਸੋਸ਼ਲ ਫਰੰਟ 'ਤੇ ਵੀ ਲੜੀ ਇਸ ਕਰਕੇ ਉਹ ਸਾਰੀਆਂ ਸ਼ਖਸੀਅਤਾਂ ਦਾ ਮੈਂ ਬੜਾ ਦਿਲੋਂ ਰਿਣੀ ਹਾਂ ਧੰਨਵਾਦ ਤਾਂ ਬੜਾ ਛੋਟਾ ਜਿਹਾ ਲਫ਼ਜ਼ ਹੋਊਗਾ ਔਰ ਤੁਹਾਨੂੰ ਸਾਰਿਆਂ ਨੂੰ ਮਿਲਾਂਗੇ ਮੇਰਾ ਬੜਾ ਜੀ ਕਰਦਾ ਸਭ ਨੂੰ ਜਾ ਕੇ ਮਿਲਾਂ ਪਰ ਇਸ ਟਾਈਮ ਸਿਚੁਏਸ਼ਨ ਆ ਜਿਹੜੀ ਉਹ ਸਿਚੁਏਸ਼ਨ ਪੈਂਡਮਿਕ ਜਾਂ ਕਹਿ ਲਓ ਮਹਾਂਮਾਰੀ ਚੱਲ ਰਹੀ ਆ ਲੋਕ ਆਪਣੀਆਂ ਜ਼ਿੰਦਗੀਆਂ ਖੋ ਰਹੇ ਆ ਸੋ ਉਹਨਾਂ ਦੇ ਪਰਿਵਾਰਾਂ ਨਾਲ ਖੜ੍ਹਨਾ ਜਾਂ ਜਿਹੜੇ ਸਾਡੇ ਕਿਸਾਨੀ ਸੰਘਰਸ਼ 'ਚ ਸਾਡੇ ਬੰਦੇ ਸਾਥ ਛੱਡ ਗਏ ਉਹ ਕਿਵੇਂ ਛੱਡ ਗਏ ਸਰਕਾਰ ਦੀਆਂ ਇਹਨਾਂ ਹੁਕਮਰਾਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਜੋ ਇਹਨਾਂ ਨੇ ਜ਼ੁਲਮ ਸਾਡੇ 'ਤੇ ਕੀਤੇ ਆ ਉਸ ਕਰਕੇ ਉਹ ਸਰੀਰ ਵਿਛੋੜਾ ਦੇ ਗਏ ਉਹਨਾਂ ਸਾਰੇ ਬੰਦਿਆਂ ਦੇ ਘਰੇ ਜਾ ਕੇ ਉਹਨਾਂ ਦੇ ਪਰਿਵਾਰਾਂ ਨਾਲ ਬੈਠੀਏ ਪਰ
ਸਿਚੁਏਸ਼ਨ ਥੋੜੀ ਜਿਹੀ ਠੀਕ ਹੋ ਲੈਣ ਦੋ। ਹਜੇ ਸਾਨੂੰ ਇੱਕ ਪਾਸੇ ਸਾਡਾ ਕਿਸਾਨੀ ਸੰਘਰਸ਼ ਚੱਲ ਰਿਹਾ, ਦੂਜੇ ਪਾਸੇ ਜਿਹੜੀ ਆ ਮਹਾਮਾਰੀ ਚੱਲ ਰਹੀ ਹੈ, ਇਹ ਦੋਨਾਂ ਸਿਚੁਏਸ਼ਨ ਨਾਲ ਨਜਿੱਠਣਾ, ਇਹਨਾਂ ਦੋਨਾਂ ਦੀ ਆਪਾਂ ਗੱਲ ਵੀ ਕਰਾਂਗੇ। ਗੱਲਾਂ ਬਹੁਤ ਆ ਕਰਨ ਨੂੰ, ਉਹਨਾਂ ਗੱਲਾਂ ਨੂੰ ਆਪਾਂ ਸਮੇਂ-ਸਮੇਂ ਤੋਂ ਅੱਗੇ ਵੀ ਲੈ ਕੇ ਆਵਾਂਗੇ, ਕਰਾਂਗੇ ਵੀ। ਪਰ ਇਸ ਟਾਈਮ ਜਿਹੜੀ ਲੜਾਈ ਅਸੀਂ ਵਿੱਢੀ ਸੀ, ਸਾਡੀ ਹੋਂਦ ਦੀ ਲੜਾਈ, ਉਹੀ ਸੰਘਰਸ਼ ਹਜੇ ਵੀ ਚੱਲ ਰਿਹਾ। ਸੋ ਉਸ ਸੰਘਰਸ਼ 'ਚ ਸਾਨੂੰ ਇੱਕ ਗੱਲ ਜ਼ਰੂਰ ਵਾਚਣੀ ਚਾਹੀਦੀ ਆ ਵੀ ਸਾਡਾ ਮਕਸਦ ਸੀ ਸਰਕਾਰ ਨਾਲ ਲੜਨਾ, ਗਵਰਨਮੈਂਟ ਨਾਲ ਲੜਨਾ, ਅਤੇ ਜਿਹੜੀਆਂ ਨੀਤੀਆਂ ਆ, ਜਿਹੜੇ ਨਵੇਂ ਕਾਨੂੰਨ ਬਣਾਏ ਆ, ਉਹਨਾਂ ਨੂੰ ਰੱਦ ਕਰਾਉਣਾ, ਉਸ ਸੰਘਰਸ਼ ਨੂੰ ਜਿੱਤਣਾ। ਉਸੇ ਮਕਸਦ 'ਤੇ ਅਸੀਂ ਕਾਇਮ ਰਹੀਏ, ਆਪਸ 'ਚ ਅਸੀਂ ਨਾ ਉਲਝੀਏ, ਨਾ ਇੱਕ ਦੂਜੇ 'ਤੇ ਤੋਹਮਤਾਂ ਲਾਈਏ। ਬੜਾ ਕੁਛ ਕਹਿ ਸੁਣ ਲਿਆ, ਹੁਣ ਮੈਨੂੰ ਲੱਗਦਾ ਸਾਨੂੰ ਇੱਕ ਵਾਰੀ ਫਿਰ ਇਕੱਠੇ ਹੋ ਜਾਣਾ ਚਾਹੀਦਾ, ਏਕੇ 'ਚ ਰਹਿਣਾ ਚਾਹੀਦਾ। ਕਿਉਂ? ਔਰ ਮਾਹੌਲ ਨੂੰ ਬੜਾ ਹੀ ਸਾਨੂੰ ਕੰਜੇਨੀਅਲ, ਇੱਕ ਸਹਿਜ ਅਤੇ ਫਰੈਂਡਲੀ ਬਣਾ ਲੈਣਾ ਚਾਹੀਦਾ। ਇਹ ਬੜੀ ਜ਼ਰੂਰਤ ਹੈ ਇਸ ਵੇਲੇ ਸਾਡੀ, ਕਿਉਂਕਿ ਹੋਂਦ ਦੀ ਲੜਾਈ ਲੜ ਰਹੇ ਹਾਂ, ਅਤੇ ਜਦੋਂ ਐਡਾ ਵੱਡਾ ਮਕਸਦ ਲੈ ਕੇ ਤੁਰੇ ਹੋਈਏ, ਉਦੋਂ ਨਿੱਜ ਨਹੀਂ ਦੇਖੀਦੇ, ਜਾਂ ਜਥੇਬੰਦਕ ਢਾਂਚੇ ਦੇ ਵੀ ਜਿਹੜੇ ਸਵਾਰਥ ਆ ਉਹ ਨਹੀਂ ਦੇਖੀਦੇ, ਉਹ ਤੋਂ ਵੀ ਉੱਤੇ ਉੱਠਣਾ ਪੈਂਦਾ, ਅਤੇ ਸਾਨੂੰ ਇਹ ਕਰਨਾ ਪਊਗਾ। ਇਹੀ ਸਾਨੂੰ ਸਾਡੇ ਗੁਰੂਆਂ ਨੇ, ਸਾਡੇ ਰਹਿਬਰਾਂ ਨੇ ਸਿਖਾਇਆ ਸੀ। ਇਕੱਲਾ ਸਿਖਾਇਆ ਨਹੀਂ, ਇਕੱਲਾ ਕਿਹਾ ਨਹੀਂ, ਕਰਕੇ ਦਿਖਾਇਆ ਸੀ। ਤੁਸੀਂ ਇਹ ਵੇਖੋ, ਇਸ ਵੇਲੇ ਮਹਾਮਾਰੀ ਚੱਲ ਰਹੀ ਆ, ਇਸ ਮਹਾਮਾਰੀ 'ਚ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਬਾਹਰ ਆਕਸੀਜਨ ਦੇ ਲੰਗਰ ਲੱਗੇ ਆ, ਜਿਵੇਂ ਸਰਦਾਰ ਰਵੀ ਸਿੰਘ ਖਾਲਸਾ ਏਡ ਵਾਲੇ ਜਾਂ ਹੋਰ ਬਹੁਤ ਸਿੱਖ ਜਥੇਬੰਦੀਆਂ ਤੁਸੀਂ ਵੇਖੋ, ਉਹਨਾਂ ਨੇ ਬਾਹਰੋਂ ਮਸ਼ੀਨਾਂ ਵੀ ਭੇਜੀਆਂ ਆਕਸੀਜਨ ਵਾਲੀਆਂ, ਸਿਲੰਡਰਸ ਵੀ ਭੇਜੇ ਆ, ਬ੍ਰਿਟਿਸ਼ ਏਅਰਵੇਜ਼ ਨਾਲ ਟਾਈ ਅਪ ਕਰਕੇ ਉਹਨਾਂ ਨੇ ਉੱਥੋਂ ਫਲਾਈਟ ਰਾਹੀਂ ਭੇਜ ਰਹੇ ਆ। ਇਹ ਸਾਡੀਆਂ ਪਿਰਤਾਂ ਜਿਹੜੀਆਂ ਸਾਡੇ ਗੁਰੂ ਪਾ ਗਏ, ਇਹ ਸਾਡੀਆਂ ਰਵਾਇਤਾਂ, ਅਸੀਂ ਬਹੁਤ ਕੁਛ ਛੱਡ ਗਏ ਹੋਵਾਂਗੇ, ਪਰ ਮਾਣ ਆ ਮੈਨੂੰ ਸਾਡੀ ਕੌਮ 'ਤੇ ਵੀ ਅਸੀਂ ਉਹਨਾਂ ਪਿਰਤਾਂ ਨੂੰ, ਉਹਨਾਂ ਰਵਾਇਤਾਂ ਨੂੰ ਅਤੇ ਸਾਡੀ ਸੇਵਾ ਭਾਵਨਾਵਾਂ ਨੂੰ ਹਜੇ ਤੱਕ ਨਹੀਂ ਛੱਡਿਆ। ਕਿਉਂ? ਇਹ ਕਿਸੇ ਖਲਾਅ 'ਚੋਂ ਪ੍ਰਗਟ ਨਹੀਂ ਹੋਈ ਗੱਲ, ਇਹ ਗੱਲ ਉਹਨਾਂ ਗੁਰੂਆਂ ਦੀ, ਉਹਨਾਂ ਰਹਿਬਰਾਂ ਦੀ ਕਮਾਈਆਂ ਕੀਤੀਆਂ ਹੋਈਆਂ, ਉਸ ਕਮਾਈ ਸਦਕਾ ਹੀ ਜੋ ਸਾਡੇ ਅੰਦਰ ਉਹਨਾਂ ਨੇ ਚਿਣਗਾਂ ਲਾਈਆਂ, ਜੋ ਪਿਰਤਾਂ ਉਹ ਪਾ ਗਏ, ਅੱਜ ਤੱਕ ਕਾਇਮ ਆ। ਔਰ ਅੱਜ ਸਾਰੀ ਦੁਨੀਆ ਇੱਕ ਵਾਰੀ ਫਿਰ, ਜਿਵੇਂ ਇਸ ਕੌਮ ਨੇ, ਸਾਡੇ ਸਾਰੇ ਪੰਜਾਬ ਨੇ ਸੰਘਰਸ਼, ਮੈਂ ਹਮੇਸ਼ਾ ਕਹਿੰਦਾ ਸੀ ਇਕੱਲਾ ਪੰਜਾਬ ਤੱਕ ਨਹੀਂ ਆ, ਇਹਦੀ ਲੋਕਲ ਸਿਗਨੀਫਿਕੈਂਸ ਨਹੀਂ ਆ, ਇਹ ਨੈਸ਼ਨਲ ਸਿਗਨੀਫਿਕੈਂਸ ਵੀ ਨਹੀਂ ਆ, ਇਹ ਗਲੋਬਲ ਆ, ਅਤੇ ਅਸੀਂ ਉੱਥੋਂ ਤੱਕ ਪਹੁੰਚੇ। ਔਰ ਬੜਾ ਬਦਨਾਮ ਕੀਤਾ ਗਿਆ, ਬੜਾ ਕੁਛ ਕਿਹਾ ਗਿਆ, ਪਰ ਫਿਰ ਵੀ ਇੱਕ ਵਾਰੀ ਸੱਚ ਸਾਹਮਣੇ ਆ ਗਿਆ। ਅਤੇ ਜੇ ਆਪਾਂ ਇਹ ਕਹੀਏ ਵੀ ਸਾਰੀ ਦੁਨੀਆ ਨੇ ਇਹ ਗੱਲ ਮੰਨੀ, ਔਰ ਅੱਜ ਵੀ ਇਸ ਮਹਾਂਮਾਰੀ 'ਚ ਇਹ ਗੱਲ ਮੰਨ ਰਹੀ ਆ ਵੀ ਜਿਹੜੀ ਸਿੱਖ ਕੌਮ ਆ, ਉਹਨਾਂ ਦਾ ਧਰਮ, ਉਹਨਾਂ ਦੀਆਂ ਰਵਾਇਤਾਂ, ਉਹਨਾਂ ਦਾ ਫਲਸਫਾ, ਉਹ ਨਿਆਰੇ ਆ, ਇਹਨਾਂ ਤੋਂ ਸਿੱਖੋ। ਬਹੁਤ ਲੋਕ ਜਿਹੜੇ ਬਾਹਰ ਦੇ, ਬਾਹਰਲੀਆਂ ਸਟੇਟਾਂ ਦੇ, ਅਮੈਰੀਕਾ 'ਚ, ਕੈਨੇਡਾ 'ਚ, ਉਹਨਾਂ ਦੇ ਗਵਰਨਰਸ ਆ, ਉਹ ਵੀ ਇਹ ਗੱਲ ਕਹਿ ਰਹੇ ਆ ਵੀ ਇਸ ਕਮਿਊਨਿਟੀ ਤੋਂ ਸਿੱਖੋ। ਕਿਉਂ? ਕਿਉਂਕਿ ਜੁਰਮਾਨੇ ਦੀ ਭੱਖਿਆ ਅਤੇ ਗਰੀਬਾਂ ਦੀ ਰੱਖਿਆ। ਕਿਉਂ? ਕਿਉਂਕਿ ਨਿਰਭਉ ਅਤੇ ਨਿਰਵੈਰ, ਨਾ ਤਾਂ ਅਸੀਂ ਕਦੇ ਕਿਸੇ ਨਾਲ ਵੈਰ ਪਾਲਿਆ, ਨਿੱਜ ਲਈ ਤਾਂ ਅਸੀਂ ਲੜੇ ਹੀ ਨਹੀਂ ਨਾ, ਹਮੇਸ਼ਾ ਲੜੇ ਹਾਂ ਤਾਂ ਇੱਕ ਬਹੁਤ ਵੱਡੇ ਪਰਪਜ਼ ਲਈ ਲੜੇ ਹਾਂ। ਇਹੀ ਜਿਹੜੀ ਗੱਲ ਆ ਸਾਨੂੰ ਨਿਆਰਾ ਬਣਾਉਂਦੀ ਆ, ਪਰ ਇਸ 'ਚ ਇਹ ਗੱਲ ਨਹੀਂ ਵੀ ਦੂਜਿਆਂ ਨੂੰ ਕਿਤੇ ਆਪਾਂ ਘੱਟ ਲੀਕਦੇ ਹਾਂ, ਦੂਜੇ ਵੀ ਸਾਡੇ ਹੀ ਆ, ਇਹ ਸਾਰੀ ਇਨਸਾਨੀਅਤ ਹੀ ਸਾਡੀ ਆ, ਕਿਉਂਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ, ਉਹਦਾ ਸੁਨੇਹਾ ਹੀ ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਦਿੱਤਾ। ਅਗਲੀ ਗੱਲ ਜਦੋਂ ਆਪਾਂ ਸੰਘਰਸ਼ ਦੀ ਕਰਦੇ ਹਾਂ, ਸੰਘਰਸ਼ ਦੀ ਗੱਲ 'ਚ ਵੀ ਸਾਨੂੰ ਇੱਕ ਗੱਲ ਸਿੱਖਣੀ ਪਊਗੀ, ਅਸੀਂ ਉਸ ਸਰਕਾਰ ਦੇ ਅਗੇਂਸਟ ਜਾਂ ਉਹਨਾਂ ਹੁਕਮਰਾਨਾਂ ਦੇ ਅਗੇਂਸਟ ਲੜ ਰਹੇ ਹਾਂ ਜਿਨ੍ਹਾਂ ਨੇ ਹਜੇ ਤੱਕ ਇੱਕ ਫਾਸਿਜ਼ਮ ਨੂੰ, ਇੱਕ ਫਾਸਿਸਟ ਕੌਂਸਟੀਚੁਐਂਸੀ ਤਿਆਰ ਕੀਤੀ ਆ, ਉਹਨਾਂ ਨੇ ਕਦੇ ਕਿਸੇ ਦੀ ਮਾੜੀ ਜਿਹੀ ਗੱਲ ਵੀ ਨਹੀਂ ਮੰਨੀ। ਉਹ ਵੱਖਰੀ ਗੱਲ ਆ ਵੀ ਅਸੀਂ ਜਿਸ ਤਰ੍ਹਾਂ ਇਸ ਸੰਘਰਸ਼ ਨੂੰ ਵਿੱਢਿਆ ਸੀ, ਫਿਰ ਇਸ ਸੰਘਰਸ਼ ਨੂੰ ਅਸੀਂ ਦਿੱਲੀ ਤੱਕ ਪਹੁੰਚਾਇਆ ਸੀ, ਫਿਰ ਨੈਸ਼ਨਲੀ ਪਹੁੰਚਾਇਆ, ਫਿਰ ਇੰਟਰਨੈਸ਼ਨਲੀ ਪਹੁੰਚਾਇਆ, ਕਿਤੇ ਨਾ ਕਿਤੇ ਅਸੀਂ ਵੀ ਕੁਛ ਗਲਤੀਆਂ ਕਰ ਗਏ ਹੋਵਾਂਗੇ। ਸਾਡੀ ਲੀਡਰਸ਼ਿਪ ਨੂੰ ਚਾਹੀਦਾ ਉਹਨਾਂ ਗਲਤੀਆਂ ਨੂੰ ਵੀ ਐਕਸੈਪਟ ਕਰਨ, ਉਹਨਾਂ ਗਲਤੀਆਂ ਨੂੰ ਐਕਸੈਪਟ ਕਰਕੇ ਹਜੇ ਵੀ ਅਸੀਂ ਇੱਕ ਦੂਜੇ ਨੂੰ ਸਪੇਸ ਦਈਏ, ਇੱਕ ਦੂਜੇ ਨੂੰ ਸਪੇਸ ਦੇ ਕੇ ਇਕੱਠੇ
ਲੜਨ ਦੀ ਜਾਂਚ ਆ ਜਿਹੜੀ ਸਾਨੂੰ ਉਹ ਆਉਣੀ ਚਾਹੀਦੀ ਆ, ਏਕਾ ਰੱਖ ਕੇ ਲੜਨ ਦੀ ਜਾਂਚ ਸਾਨੂੰ ਆਉਣੀ ਚਾਹੀਦੀ ਆ। ਜੇ ਅਸੀਂ ਇਹ ਨਹੀਂ ਸਿੱਖਾਂਗੇ ਫਿਰ ਅਸੀਂ ਹਮੇਸ਼ਾ ਵਾਂਗੂ, ਕਿਉਂਕਿ ਪੰਜਾਬ 'ਚ ਬੜੀ ਤਰ੍ਹਾਂ ਔਰ ਬਹੁਤ ਸਮੇਂ ਤੋਂ ਸਮੇਂ ਮਾਸ ਇਰਪਸ਼ਨਸ ਹੋਈਆਂ, ਲੋਕਾਂ ਨੇ ਕਦੇ ਪਿੱਠ ਨਹੀਂ ਦਿਖਾਈ ਪਰ ਲੀਡਰਸ਼ਿਪ ਹਮੇਸ਼ਾ ਪਿੱਠ ਦਿਖਾਉਂਦੀ ਰਹੀ। ਇਹਦੇ ਬੜੇ ਕਾਰਨ ਹੋ ਸਕਦੇ ਆ। ਸਟੇਟ ਅੱਜ ਦੀ ਬਹੁਤ ਪਾਵਰਫੁੱਲ ਹੋ ਗਈ ਆ ਜਾਂ ਉਹਨਾਂ ਦੀ ਅਬਿਲਿਟੀ ਜਿਹੜੀ ਇਹ ਬੜੀ ਵੱਧ ਗਈ ਆ ਵੀ ਲੀਡਰਸ਼ਿਪ ਨੂੰ ਕਰਪਟ ਕਰ ਸਕਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ। ਇਹਦਾ ਇੱਕ ਰੀਜ਼ਨ ਜਿਹੜਾ ਕੈਪੀਟਲਿਜ਼ਮ ਆ, ਕੈਪੀਟਲਿਸਟਿਕ ਸੁਸਾਇਟੀ ਹੋ ਗਈ ਆ, ਜਿਸ ਤਰ੍ਹਾਂ ਦੇ ਲੋੜਾਂ ਵਧਾ ਕੇ ਬੈਠੇ ਹਾਂ ਅਸੀਂ, ਜਿਵੇਂ ਕੰਜ਼ਿਊਮਰਿਜ਼ਮ ਆ ਗਿਆ, ਉਹ ਵੀ ਹੋ ਸਕਦਾ ਕਿਉਂਕਿ ਪੈਸੇ ਤੇ ਬੜੇ ਵੱਡੇ ਵੱਡੇ ਡਿੱਗ ਪੈਂਦੇ ਆ ਜਾਂ ਅਹੁਦਿਆਂ ਤੇ ਬੜੇ ਵੱਡੇ ਵੱਡੇ ਡਿੱਗ ਪੈਂਦੇ ਆ। ਪੁਰਾਣੀ ਲੀਡਰਸ਼ਿਪ ਐਂ ਨਹੀਂ ਹੁੰਦੀ ਸੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜਦੋਂ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ ਨਾ, ਉਦੋਂ ਨਰਮ ਖਿਆਲੀਏ ਵੀ ਸੀ ਤੇ ਗਰਮ ਖਿਆਲੀਏ ਵੀ ਸੀ। ਉਦੋਂ ਬੱਬਰ ਅਕਾਲੀ ਵੀ ਸੀ ਤੇ ਸਾਡੇ ਗਦਰੀ ਬਾਬੇ ਵੀ ਸੀ। ਉਦੋਂ ਭਗਤ ਸਿੰਘ, ਸਰਦਾਰ ਭਗਤ ਸਿੰਘ ਵਰਗੇ, ਸਰਦਾਰ ਕਰਤਾਰ ਸਿੰਘ ਸਰਾਭੇ ਵਰਗੇ ਵੀ ਸੀ ਤੇ ਗਾਂਧੀ ਵਰਗੇ ਵੀ ਸੀ। ਪਰ ਇੱਕ ਗੱਲ ਸਾਨੂੰ ਵਾਚਣੀ ਜਾਂ ਸਿੱਖਣੀ ਉੱਥੋਂ ਚਾਹੀਦੀ ਆ, ਹਰ ਬੰਦੇ ਨੇ ਇੱਕ ਦੂਜੇ ਨੂੰ ਸਪੇਸ ਦਿੱਤੀ ਹੋਈ ਸੀ। ਉਹਨਾਂ ਨੇ ਆਜ਼ਾਦੀ ਦੀ ਲੜਾਈ ਸਾਰੇ ਲੜ ਰਹੇ ਸੀ ਪਰ ਉਹਨਾਂ ਦਾ ਪਰਸਪੈਕਟਿਵ ਸਾਰਿਆਂ ਦਾ ਵੱਖਰਾ ਵੱਖਰਾ ਸੀ। ਜੇ ਤੁਸੀਂ ਦੇਖੋ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਦਿੰਦਾ, ਜਦੋਂ ਮਹਾਤਮਾ ਗਾਂਧੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਉਹਨਾਂ ਨੂੰ ਆਏ ਸੀ ਵੀ ਅੰਗਰੇਜ਼ਾਂ ਨੂੰ ਇਸ ਧਰਤੀ ਤੋਂ ਜਿੰਨਾ ਛੇਤੀ ਹੋ ਜਾਵੇ ਕੱਢਿਆ ਜਾਵੇ। ਔਰ ਉਵੇਂ ਹੀ ਜਦੋਂ ਸਰਦਾਰ ਭਗਤ ਸਿੰਘ ਹੋਰੇ ਲੜ ਰਹੇ ਸੀ, ਉਹਨਾਂ ਦਾ ਪਰਸਪੈਕਟਿਵ ਉਦੋਂ ਥੋੜ੍ਹਾ ਜਿਹਾ ਵੱਡਾ ਸੀ। ਉਹਨਾਂ ਦਾ ਪਰਸਪੈਕਟਿਵ ਇਹ ਸੀ ਵੀ ਅਸੀਂ ਇਕੱਲੇ ਅੰਗਰੇਜ਼ਾਂ ਨੂੰ ਨਹੀਂ ਕੱਢਣਾ, ਪਰ ਇੱਥੇ ਜਿਹੜਾ ਪੋਲੀਟੀਕਲ ਸਟਰਕਚਰ ਆ, ਪੋਲੀਟੀਕਲ ਸਿਸਟਮ ਆ, ਕਿਉਂਕਿ ਅਲੀਟ ਬੈਠਿਆ ਹੋਇਆ, ਅਸੀਂ ਉਹਨਾਂ ਨੂੰ ਵੀ ਇਸ ਪੋਲੀਟੀਕਲ ਸਟਰਕਚਰ ਦਾ ਵੀ ਫੇਰ ਬਦਲ ਕਰਨਾ, ਇਹਨੂੰ ਕੰਪਲੀਟਲੀ ਚੇਂਜ ਕਰਨਾ ਤਾਂ ਕਿ ਇਸ ਅਲੀਟ ਨੂੰ ਇਸ ਪੋਲੀਟੀਕਲ ਸਟਰਕਚਰ 'ਚੋਂ ਕੱਢਿਆ ਜਾ ਸਕੇ। ਹਾਲਾਂਕਿ ਜਦੋਂ ਆਜ਼ਾਦੀ ਮਿਲੀ ਉਦੋਂ ਅਲੀਟ ਨੂੰ ਤਾਂ ਨਹੀਂ ਕੱਢਿਆ ਗਿਆ, ਬ੍ਰਿਟਿਸ਼ ਜਾਂ ਗੋਰੇ ਅਲੀਟ ਚਲੇ ਗਏ, ਸਾਡੇ ਵਾਲੇ ਅਲੀਟਾਂ ਨੇ ਕੁਰਸੀਆਂ ਸਾਂਭ ਲਈਆਂ। ਸੋ ਪਰਸਪੈਕਟਿਵ ਵੱਖਰੇ ਵੱਖਰੇ ਹੋ ਸਕਦੇ ਆ, ਇੱਕ ਦੂਜੇ ਨੂੰ ਸਪੇਸ ਦੇਣਾ ਸਿੱਖੀਏ ਤੇ ਇੱਕ ਮਕਸਦ ਲਈ ਅਸੀਂ ਇਕੱਠੇ ਹੋ ਕੇ ਲੜਨਾ ਸਿੱਖੀਏ। ਐਵੇਂ ਹੀ ਬਿਨਾਂ ਸਪੇਸ ਦਿੱਤੇ ਤੌਮਤਾਂ ਲਾਉਣੀਆਂ ਵੀ ਫਲਾਨਾ ਤਾਂ ਸਰਕਾਰ ਦਾ ਬੰਦਾ, ਫਲਾਨਾ ਬੀਜੇਪੀ ਦਾ ਬੰਦਾ, ਜਾਂ ਫਲਾਨਾ ਅਕਾਲੀਆਂ ਦਾ ਬੰਦਾ, ਜਾਂ ਕਾਂਗਰਸ ਦਾ ਬੰਦਾ, ਇਹਨਾਂ ਗੱਲਾਂ 'ਚ ਕੋਈ ਦਮ ਨਹੀਂ। ਅਸੀਂ ਕਦੇ ਵੀ ਫਿਰ ਜਿਹੜਾ ਮਕਸਦ ਲੈ ਕੇ ਤੁਰੇ ਹਾਂ ਉਸ ਮਕਸਦ ਜਾਂ ਉਸ ਮੰਤਵ ਨੂੰ ਅਚੀਵ ਨਹੀਂ ਕਰ ਸਕਾਂਗੇ ਤੇ ਮਾਤ ਖਾ ਜਾਂਗੇ। ਹੁਣ ਸਾਡਾ ਅੰਦੋਲਨ ਅਸੀਂ ਕਹਿੰਦੇ ਹਾਂ ਹੋਂਦ ਦੀ ਲੜਾਈ ਲੜ ਰਹੇ ਹਾਂ, ਔਰ ਹੋਂਦ ਦੀ ਲੜਾਈ ਉਸ ਵਹਿਣ ਦੇ ਉਲਟ ਲੜ ਰਹੇ ਹਾਂ ਅਸੀਂ, ਜਿਹੜਾ ਵਹਿਣ ਇਕੱਲਾ ਇਸ ਦੇਸ਼ 'ਚ ਨਹੀਂ ਚੱਲਦਾ, ਉਹ ਦੁਨੀਆਂ ਦਾ ਵਹਿਣ ਬਣਿਆ ਹੋਇਆ। ਕੈਪੀਟਲਿਜ਼ਮ ਜਿਹੜੀ ਨਵੀਂ ਪਾਲਿਸੀ ਜਾਂ ਨਵੇਂ ਕਾਨੂੰਨ ਆਏ ਆ ਉਹਨਾਂ ਉਹ ਕੈਪੀਟਲਿਜ਼ਮ 'ਤੇ ਹੀ ਆਧਾਰਿਤ ਆ। ਅਤੇ ਜੇ ਅਸੀਂ ਇਸ ਪਰਸਪੈਕਟਿਵ ਨੂੰ ਥੋੜ੍ਹਾ ਜਿਹਾ ਵੱਡਾ ਕਰਾਂਗੇ, ਅਸੀਂ ਇਹ ਵੈਸਟ 'ਚ ਦੇਖਿਆ, ਦੁਨੀਆਂ 'ਚ ਦੇਖਿਆ ਵੀ ਜਿੱਥੇ ਜਿੱਥੇ ਕੈਪੀਟਲਿਜ਼ਮ ਗਿਆ, ਜਿੱਥੇ ਜਿੱਥੇ ਗਿਆ, ਜੇ ਉਹਦੇ 'ਤੇ ਲਗਾਮ ਨਾ ਪਾਈ ਗਈ ਜਾਂ ਉਹਦੇ 'ਤੇ ਚੈੱਕਸ ਐਂਡ ਬੈਲੈਂਸਿਸ ਨਾ ਰੱਖੇ ਗਏ, ਉੱਥੇ ਉੱਥੇ ਉਹਨਾਂ ਧਰਤੀਆਂ 'ਤੇ ਉਹਨਾਂ ਦੇਸ਼ਾਂ 'ਚ ਉਹ ਇੰਸਟੀਟਿਊਸ਼ਨਸ ਹੀ ਖਤਮ ਕਰ ਦਿੰਦਾ, ਫੈਮਿਲੀ ਇੰਸਟੀਟਿਊਸ਼ਨਸ ਖਤਮ ਕਰ ਦਿੰਦਾ, ਇਹ ਆਪਾਂ ਵੈਸਟ 'ਚ ਦੇਖ ਲਿਆ, ਰਿਲੀਜੀਅਸ ਇੰਸਟੀਟਿਊਸ਼ਨਸ ਖਤਮ ਕਰ ਦਿੰਦਾ, ਫਿਰ ਕਲਚਰਲ ਇੰਸਟੀਟਿਊਸ਼ਨਸ ਖਤਮ ਕਰ ਦਿੰਦਾ। ਅਤੇ ਸਾਡਾ ਕਲਚਰ ਆਪਾਂ ਜੇ ਹੋਂਦ ਦੀ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਨਾਲ ਅਸੀਂ ਜੂਝ ਰਹੇ ਹਾਂ, ਹੋਂਦ ਦੀ ਲੜਾਈ ਲੜ ਰਹੇ ਹਾਂ, ਤਾਂ ਸਾਨੂੰ ਪਹਿਲੀ ਗੱਲ ਇਹ ਸਮਝਣੀ ਪਊਗੀ ਵੀ ਜੇ ਅਸੀਂ ਅੱਜ ਮਹਾਂਮਾਰੀ 'ਚ ਆਕਸੀਜਨ ਦੇ ਲੰਗਰ ਲਾਏ ਹੋਏ ਆ ਨਾ, ਜਾਂ ਅੰਦੋਲਨ 'ਚ ਜਿਸ ਤਰ੍ਹਾਂ ਅਸੀਂ ਸੇਵਾ ਕੀਤੀ ਆ, ਜਿਸ ਤਰ੍ਹਾਂ ਸੰਗਤ ਨੇ, ਸਾਰੀ ਕੌਮ ਨੇ, ਪੰਜਾਬੀਆਂ ਨੇ, ਸਾਡੇ ਹਰਿਆਣੇ ਵਾਲਿਆਂ ਨੇ ਸੇਵਾ ਕੀਤੀ ਆ, ਇਹ ਸਾਡਾ ਕਲਚਰ, ਅਸੀਂ ਇਸ ਕਲਚਰ ਨੂੰ, ਇਹ ਸਾਰੇ ਸਾਡੀਆਂ ਰਵਾਇਤਾਂ ਨੂੰ ਹੀ ਗਵਾਲ ਗਏ, ਇਹ ਤਾਂ ਮਨਜ਼ੂਰ ਨਹੀਂ ਹੈ ਨਾ। ਇਸੇ ਲਈ ਜਦੋਂ ਇਨਸਾਨ ਜਾਂ ਉਹ ਬੰਦੇ, ਮੈਂ ਹਮੇਸ਼ਾ ਉਹਨਾਂ ਨੂੰ ਇੱਕ ਨਵਾਂ ਲਫ਼ਜ਼ ਮੈਂ ਸਿੱਖਿਆ, ਉਹਨਾਂ ਨੂੰ ਜਿਹੜੇ ਰਿਬੈਲ ਹੁੰਦੇ ਆ ਜਾਂ ਜਿਹੜੇ ਰੋਮੈਂਟਿਕ ਬੰਦੇ ਹੁੰਦੇ ਆ, ਰੋਮੈਂਟਿਕ ਬੰਦੇ ਆ ਜਿਹਨਾਂ ਜਿਹੜੇ ਆਪਦੀ ਆਈਡੀਓਲੋਜੀ ਨੂੰ ਇਸ਼ਕ ਕਰਦੇ ਆ, ਜਿਹੜੇ ਆਪਦੇ ਲੋਕਾਂ ਨੂੰ, ਆਪਦੀ ਧਰਤੀ ਨੂੰ ਤੇ ਆਪਦੀਆਂ ਰਵਾਇਤਾਂ ਨੂੰ, ਆਪਦੇ ਸੱਭਿਆਚਾਰ ਨੂੰ, ਜੋ ਪਿਰਤਾਂ ਗੁਰੂ ਸਾਹਿਬ ਪਾ ਗਏ ਸੀ ਉਹਨਾਂ ਨੂੰ ਇਸ਼ਕ ਕਰਦੇ ਆ, ਉਹਨਾਂ ਰੋਮੈਂਟਿਕ ਬੰਦਿਆਂ ਨੂੰ ਫਿਰ ਖੜਾ ਹੋਣਾ ਪੈਂਦਾ, ਉਹਨਾਂ ਨੂੰ ਆਵਾਜ਼ ਬੁਲੰਦ ਕਰਨੀ ਪੈਂਦੀ ਆ, ਤੇ ਅਸੀਂ ਉਹ
रोमांटिक बंदे हाँ। इस करके इन्हां सरकारां दे खिलाफ हमेशा ही आपां जदों जदों ये जुल्म करदियां रहणगियां, जदों जदों ये आपदियां नीतियां करनगियां भी साडा सभ्याचार साडी होंद खतरे च आवे, असीं आवाज़ बुलंद करदे रहांगे। फैज साहब ने एक बड़ी ब्यूटिफुल नज़म लिखी सी ते ओ मैं थोड़े नाल शेयर भी करदा। हम देखेंगे, लाजिम है कि हम भी देखेंगे, वो दिन के जिसका वादा है, जो लोहे अजल में लिखा है, हम देखेंगे लाजिम में हम भी देखेंगे। जब जुल्मो सितम के कोहे गरा रूई की तरह उड़ जाएंगे, ये हम माकूमों के पांव तले ये धरती धर धर धड़केगी, और अहले हकम के सर ऊपर जब बिजली कड़कड़ कड़केगी, हम देखेंगे लाजिम है हम भी देखेंगे। बस नाम रहेगा अल्लाह का, बस नाम रहेगा अल्लाह का, वाहिगुरु दा राम दा, बस नाम रहेगा अल्लाह का, जो गायब भी है हाजिर भी, जो मंजर भी है नाजिर भी। उठेगा अनहल हक का नारा, जो मैं भी हूं और तुम भी हो, और राज करेगा खलके खुदा, जो मैं भी हूं और तुम भी हो, हम देखेंगे लाजिम है हम भी देखेंगे। सो ये गल लाजिम आपा देखांगे, सब ताज उछाले जाएंगे, सब तख्त उखाड़े जाएंगे, लाजिम है हम भी देखेंगे। सो गल इथों ही जाहिर हो जाती है, असी इन्हां सरकारां दे खिलाफ लड़दे रहांगे, आपदी आवाज बुलंद करते रहांगे। ये संघर्षी बंदियां दी इह धर्म आ, उन्हां दा रोमांस आ, पर एक गल बड़ी जरूरी आ, माहौल नूं सहज बनाइए, एक दूजे दे अगेंस्ट असी कोई हुण बयानबाजी या भाषा च जिहड़ा तरीका सलीका असी भुल जांदे आ, उह ना करिए। किसान जिहड़े साडे आगू आ उह प्रोग्राम देण, उस प्रोग्राम ते डट के पहरा देण, आपदी जिम्मेवारी नूं समझण। असी उन्हां दे नाल आ, उन्हां दे सोल्जर आ। दो तीन दिन मैं पंजाब तों इत्थे मुंबई आ गया सी, क्योंकि लम्मा समा सब कुछ बंद पिया सी, घर भी बंद पिया, मेरी कार भी नहीं स्टार्ट हो रही सी, हालांकि एक होगी, दूजी तां जमा ही नहीं हो रही सी। फिर आलम ये आ भी इत्थे जिन्हों भी फोन करदा ਉਹ ਹੈਲੋ ਸੁਣ ਕੇ ਜਾਂ ਮੇਰੀ ਆਵਾਜ਼ ਪਛਾਣ ਕੇ ਹੀ ਕੱਟ ਦਿੰਦਾ। ਕਿੱਡਾ ਵੱਡਾ ਤੇ ਸਟਰੋਂਗ ਨੈਰੇਟਿਵ ਚਲਾਇਆ ਗਿਆ ਜਿਹੜਾ ਮੇਰੇ ਖਿਲਾਫ ਇਹਨਾਂ ਨੇ ਚਲਾਇਆ, ਪਰ ਕੋਈ ਨਹੀਂ, ਇਹਨਾਂ ਸਾਰੀਆਂ ਗੱਲਾਂ ਨਾਲ ਜੂਝਿਆ ਜਾਊਗਾ ਜਦੋਂ ਤੱਕ ਤੁਸੀਂ ਬੈਠੇ ਹੋ। ਤੁਹਾਡਾ ਪਿਆਰ ਆ, ਤੁਹਾਡੀਆਂ ਅਰਦਾਸਾਂ, ਉਦੋਂ ਤੱਕ ਮੈਂ ਹੌਸਲੇ 'ਚ ਹਾਂ ਅਤੇ ਹਮੇਸ਼ਾ ਹੀ ਹੌਸਲੇ 'ਚ ਰਹਾਂਗੇ। ਸਾਡੀ ਜਿਹੜੀ ਇੱਕ ਰਵਾਇਤ ਆ ਜਾਂ ਪਿਰਤਾਂ ਜਿਹੜੀਆਂ ਗੁਰੂ ਸਾਹਿਬਾਂ ਨੇ ਪਾਈਆਂ ਹੋਈਆਂ, ਉਹਨਾਂ ਨੂੰ ਅਸੀਂ ਆਪਦੇ ਅੰਦਰ ਜਿਉਂਦੇ ਰੱਖੀਏ। ਉਸ ਗੱਲ ਨੂੰ, ਉਸ ਉਹਨਾਂ ਫਲਸਫਿਆਂ ਨੂੰ ਅਸੀਂ ਕਦੇ ਨਾ ਭੁੱਲੀਏ। ਗੁਰੂ ਸਾਹਿਬ ਦੀ ਯਾਦ ਆਪਦੇ ਅੰਦਰ ਜਿਉਂਦੇ ਰੱਖੀਏ, ਕਿਉਂਕਿ ਉਹੀ ਸਾਨੂੰ ਤਾਕਤ ਦਿੰਦੀ ਆ, ਉਹੀ ਸਾਨੂੰ ਇੱਕ ਚੰਗਾ ਇਨਸਾਨ ਬਣਾਉਂਦੀ ਆ। ਅਤੇ ਇੰਨੀਆਂ ਕੁ ਗੱਲਾਂ ਅੱਜ ਤੁਹਾਡੇ ਨਾਲ ਕਰਨੀਆਂ ਸੀ। ਇੱਕ ਵਾਰੀ ਫਿਰ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਮੇਰੇ ਲਈ, ਪਿਆਰ ਦਿੱਤਾ, ਉਹਨਾਂ ਦਾ ਮੈਂ ਰਿਣੀ ਰਹਾਂਗਾ, ਉਹਨਾਂ ਨੂੰ ਬਹੁਤ ਛੇਤੀ ਮਿਲਾਂਗੇ। ਅਗਲਾ ਆਪਾਂ ਮੋਰਚੇ 'ਚ ਕਦੋਂ ਜਾਣਾ ਜਾਂ ਉੱਥੇ ਆਪਾਂ ਕੋਈ ਜੋ ਪਲੈਨ ਕਰਨਾ, ਪਿੰਡਾਂ 'ਚ ਜਾ ਕੇ ਸਾਡੇ ਉਹਨਾਂ ਸਾਰੇ ਬੰਦਿਆਂ ਨੂੰ ਮਿਲਣਾ, ਉਹਨਾਂ ਨਾਲ ਬਹਿ ਕੇ ਗੱਲਾਂ ਕਰਨੀਆਂ, ਉਹ ਵੀ ਬੜੀ ਛੇਤੀ ਇਹ ਗੱਲ ਆਪਾਂ ਸਾਹਮਣੇ ਲੈ ਕੇ ਆਵਾਂਗੇ, ਦੱਸਾਂਗੇ, ਸਾਰੀ ਸੰਗਤ ਨਾਲ ਸਾਂਝੀ ਕਰਾਂਗੇ। ਬਾਕੀ ਕਈ ਬੰਦਿਆਂ ਨੂੰ ਕਿਸੇ ਤਰ੍ਹਾਂ ਦਾ ਗੁੱਸਾ ਹੋ ਸਕਦਾ, ਉਹਨਾਂ ਦਾ ਗੁੱਸਾ ਵੀ ਸਿਰ ਮੱਥੇ, ਕੋਈ ਗੱਲ ਨਹੀਂ, ਆਪਦੇ ਬੰਦੇ ਗੁੱਸੇ ਵੀ ਹੋ ਜਾਂਦੇ ਆ, ਉਹਨਾਂ ਦਾ ਹੱਕ ਆ, ਹੌਲੀ ਹੌਲੀ ਉਹਨਾਂ ਨੂੰ ਵੀ ਆਪਾਂ ਪਿਆਰ ਨਾਲ ਮਨਾ ਲਾਂਗੇ। ਬੜੀ ਤਰ੍ਹਾਂ ਦੀਆਂ ਗਲਤ ਫਹਿਮੀਆਂ ਹੋ ਸਕਦੀਆਂ ਬੜੇ ਲੋਕਾਂ ਨੂੰ ਹੋਈਆਂ, ਹੁਣ ਉਹ ਵੀ ਸਮੇਂ ਨਾਲ ਦੂਰ ਹੋ ਜਾਣਗੀਆਂ, ਹੋਰ ਕੋਈ ਹੱਲ ਨਹੀਂ ਹੁੰਦਾ। ਕਈ ਵਾਰੀ ਉਹ ਮਨ 'ਚ ਬਸ ਬਿਨਾਂ ਕਿਸੇ ਗੱਲ ਤੋਂ ਗੱਲ ਲੈ ਕੇ ਬਹਿ ਜਾਂਦੇ ਆ, ਉਹਦਾ ਆਧਾਰ ਕੁਛ ਨਹੀਂ ਹੁੰਦਾ। ਸੋ ਬੜੀਆਂ ਇਹੋ ਜਿਹੀਆਂ ਗੱਲਾਂ ਵੀ ਮੈਨੂੰ ਲੱਗਦਾ ਸਾਹਮਣੇ ਆਉਣਗੀਆਂ। ਕੋਈ ਨਹੀਂ, ਇਹ ਹਮੇਸ਼ਾ ਹੀ ਰੀਤ ਬਣੀ ਆਈ ਆ ਵੀ ਇੱਕੋ ਵਾਰੀ ਗੱਲ ਨਹੀਂ ਸਮਝ ਆਉਂਦੀ ਹੁੰਦੀ, ਹੌਲੀ ਹੌਲੀ ਸਮੇਂ ਨਾਲ ਸਾਨੂੰ ਗੱਲਾਂ ਸਮਝ ਆਉਂਦੀਆਂ। ਸੋ ਸਮਾਂ ਬੜਾ ਬਲਵਾਨ ਆ, ਬੜੇ ਤਰ੍ਹਾਂ ਦੇ ਜਵਾਬ ਦੇ ਦੂਗਾ। ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ। ਮੇਰੇ ਵੱਲੋਂ ਹਮੇਸ਼ਾ ਬਹੁਤ ਸਾਰਾ ਪਿਆਰ ਤੇ ਸਤਿਕਾਰ, ਜਿਉਂਦੇ ਵਸਦੇ ਰਹੋ, ਰਿਣੀ ਰਹਾਂਗਾ ਉਹਨਾਂ ਰੂਹਾਂ ਦਾ, ਉਹਨਾਂ ਸ਼ਖਸੀਅਤਾਂ ਦਾ ਜਿਨ੍ਹਾਂ ਨੇ ਪਿਆਰ ਦਿੱਤਾ, ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਮੇਰੇ ਲਈ, ਸਾਡੀਆਂ ਭੈਣਾਂ ਤੇ ਸਾਡੀਆਂ ਮਾਵਾਂ ਦਾ, ਜਿਨ੍ਹਾਂ ਨੇ ਪਾਠ ਸੁੱਖੇ
मैं हमेशा कहना भी इन्हां बंदियां दी देन नहीं दिता जा सकता। जे तुसी हो तां हौसला साडे च ते उन्हां गुरु साहिबां दे फलसफिआं ते चलण दी हिम्मत आउंदी आ। इसे लई एक होर गल मैं जिहड़ी सारिआं नाल इह करनी सी भी बहुत छेती सारिआं नूं मिलांगे। मैं होर 2-3 दिनां च वापस पंजाब जाणा, हजे केस भी चल रहे आ 2, उन्हां केसां नूं भी आपां हैंडल करांगे। बाकी भी किसे साडे बंदे नाल जे पुलिस धक्का करदी आ जां केस पैंदे आ उन्हां दी पैरवाई भी करांगे। सो जे कोई होर गल्लबात करनी होवे मैनूं जदों प्लीज़ मैसेज कर सकदे हो। आई एम ऑलवेज हियर एंड लेट्स बी टुगेदर, दैट्स हाउ वी शुड बी नाउ बिकॉज वी आर फाइटिंग लिटरली अ वॉर अगेंस्ट द गवर्नमेंट, अ वॉर इन अ सेंस दैट द वे दिस पॉलिसी मेकिंग एंड द वे न्यू पॉलिसी दे हैव इंट्रोड्यूस्ड। व्हेन आई सेड पॉलिसी मीन्स 3 फार्म लॉज, we have to protest, we started protesting against it, and it actually is our existential crisis, hond di ladai ya. So let's be together, let's stay together. It's okay if sometimes our ideologies don't match, but let's give space to each other. That's how it should be. Lots of respect, love to all of you. Jiyonde vaste raho. ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ ਤੇ, ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।